ਸਰਵਨ ਸ਼ੌਂਕੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹੈ ਰਵਿਦਾਸ ਰਹੇ ਪ੍ਰਸੰਨ। ਇਸ ਪ੍ਰੋਗਰਾਮ ਦੇ ਵਿੱਚ ਕਾਂਛੀ ਟੀ ਵੀ ਨੂੰ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਸਰੋਤਿਆਂ ਦਾ ਨਿੱਘਾ ਸਵਾਗਤ, ਬੜੇ ਹੀ ਪਿਆਰ ਸਤਿਕਾਰ ਅਦਬ ਦੇ ਨਾਲ ਜੀ ਆਇਆਂ ਨੂੰ। ਅੱਜ ਦਾ ਇਹ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਗੁਰੂਆਂ ਨੂੰ, ਮਹਾਂਪੁਰਸ਼ਾਂ ਨੂੰ, ਸਤਿਪੁਰਸ਼ਾਂ ਨੂੰ, ਆਪਣੇ ਰਹਿਬਰਾਂ ਨੂੰ ਸਮਰਪਿਤ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਦੇ ਵਾਸਤੇ ਮੇਰੇ ਨਾਲ ਸਾਥ ਦੇ ਰਹੇ ਨੇ, ਭਾਗ ਲੈ ਰਹੇ ਨੇ ਮੇਰੇ ਸੱਜੇ ਹੱਥ ਬੈਠੇ ਨੇ ਸਾਈਂ ਪੱਪਲ ਸ਼ਾਹ ਜੀ, ਸੂਫੀ ਦਰਗਾਹ ਪੰਜਾਬ ਦੇ ਪ੍ਰਧਾਨ। ਨਾਲ ਹੀ ਸਾਡੇ ਬੈਠੇ ਹੋਏ ਨੇ ਕਾਂਛੀ ਟੀ ਵੀ ਦੇ ਚੇਅਰਮੈਨ ਸਾਹਿਬ ਹੰਸਰਾਜ ਬੰਗਾ ਜੀ। ਆਓ, ਗੁਰੂ ਦੇ ਚਰਨਾਂ ਵਿੱਚ ਸੀਸ ਨਿਭਾਉਂਦਿਆਂ ਹੋਏ ਸੰਗਤਾਂ ਨੂੰ ਨਾਲ ਲਈਏ, ਬੜੇ ਪਿਆਰ ਸਤਿਕਾਰ ਦੇ ਨਾਲ ਆਓ। ਸਤਿਸੰਗ ਜੀ, ਜੈ ਗੁਰਦੇਵ, ਧੰਨ ਗੁਰਦੇਵ। ਗੁਰੂ ਪਿਆਰਿਓ, ਸੁਬਹਾ ਤੋਂ ਲੈ ਕੇ 15 ਕੁ ਮਿੰਟ ਪਹਿਲਾਂ ਤੱਕ ਤੁਸੀਂ ਕਾਂਛੀ ਟੀ ਵੀ 'ਤੇ ਸਟੂਡੀਓ ਰਾਹੀਂ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਦੇ ਸਮਾਗਮ ਨੂੰ ਲਾਈਵ ਦੇਖਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਸੰਗਤਾਂ ਨੇ ਜੁੜ ਕੇ ਬਾਬਾ ਜੀ ਨੂੰ ਚੇਤੇ ਕੀਤਾ। ਬਾਬਾ ਜੀ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਬੜੇ ਹੀ ਮਗਨ ਹੋ ਕੇ ਕੀਰਤਨ ਦੁਆਰ ਦਾ ਆਨੰਦ ਵੀ ਮਾਣਿਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਸੁਬਹਾ ਤੋਂ ਲੈ ਕੇ ਭਾਈ ਸਾਹਿਬ ਭਾਈ ਰਾਮ ਸਰੂਪ ਜੀ ਔਰ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਕੀਤਾ, ਨਾਲ ਹੀ ਮੇਰੇ ਨਾਲ ਸੂਫੀ ਮਹਾਂਪੁਰਸ਼ ਸਾਈਂ ਪੱਪਲ ਸ਼ਾਹ ਜੀ ਬੈਠੇ ਨੇ। ਇਹਨਾਂ ਨੇ ਵੀ ਤਕਰੀਬਨ ਆਪਣੀ 2 ਘੰਟੇ ਦੀ ਸੰਗਤਾਂ ਵਿੱਚ ਹਾਜ਼ਰੀ ਲਵਾਈ। ਬਾਬਾ ਜੀ ਇੰਗਲੈਂਡ ਦੀ ਫੇਰੀ ਦੇ ਉੱਤੇ ਆਏ ਸੀ, ਆਪਣੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜੋ ਵੀ ਇਹਨਾਂ ਦੇ ਪੱਲੇ ਪਿਆ, ਜੋ ਵੀ ਇਹਨਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਸਤਿਗੁਰ ਰਵਿਦਾਸਮਈ ਦੇ ਪਵਿੱਤਰ ਮੁਬਾਰਕ ਇਤਿਹਾਸ ਦੇ ਵਿੱਚੋਂ ਆਪਣੇ ਰਹਿਬਰਾਂ ਦੇ ਕੋਲੋਂ ਜੋ ਕੁਝ ਵੀ ਸਿੱਖਿਆ, ਇਹਨਾਂ ਨੇ ਕੋਸ਼ਿਸ਼ ਕੀਤੀ ਇੰਗਲੈਂਡ ਦੀਆਂ ਹਰ ਸਟੇਜਾਂ 'ਤੇ ਜਿੱਥੇ ਜਿੱਥੇ ਵੀ ਇਹ ਗਏ ਨੇ ਆਪਣੀ ਵਿਦਵਤਾ ਦੇ ਨਾਲ ਅਤੇ ਰਸ ਪਿੰਡੜਾ ਕੀਰਤਨ ਸਤਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੁੱਤਿਆਂ ਨੂੰ ਜਗਾਇਆ। ਮੈਂ ਬਾਬਾ ਜੀ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਅਤੇ ਮੁੜ ਕੇ ਫਿਰ ਇਹ ਗੱਲ ਕਹਿਣ ਲੱਗਿਆ, ਮੈਂ ਥੋੜ੍ਹਾ ਜਿਹਾ ਮੈਨੂੰ ਦੁੱਖ ਵੀ ਲੱਗਦਾ ਵੀ ਥੋੜ੍ਹੇ ਸਮੇਂ ਵਾਸਤੇ ਇੱਥੇ ਆਏ ਸੀ ਇੰਗਲੈਂਡ ਦੀ ਫੇਰੀ ਦੇ ਉੱਤੇ ਅਤੇ ਆਪਣੀ ਇਹ ਫੇਰੀ ਦੇ ਚੰਦ ਕੁ ਦਿਨ ਇਹਨਾਂ ਦੇ ਕੋਲ ਇੱਥੇ ਵਾਪਸ ਜਾਣ ਵਾਸਤੇ ਹੈਗੇ ਨੇ ਅਤੇ ਮੈਂ ਸੋਚਿਆ ਵੀ ਇਹਨਾਂ ਤੋਂ ਕੁਝ ਅੱਜ ਵੀ ਲਾਹਾ ਲੈ ਲਵਾਂ। ਸੋ ਲਾਹਾ ਵੀ ਮੇਰੇ ਵਾਸਤੇ ਇਹ ਹੈ ਕਿ ਕੋਈ ਨਾ ਕੋਈ ਸਾਡੇ ਇਸ ਆ ਜਿਹੜਾ ਸਾਡਾ ਦਿਮਾਗ ਵਿੱਚ ਕੋਈ ਇਹਦੀ ਸੁਮਤ ਭਰੀ ਕੋਈ ਕਿਤੇ ਗੱਲ ਆ ਜਾਵੇ, ਇੱਕ ਸ਼ਬਦ ਵੀ ਕਿਤੇ ਆ ਜਾਵੇ ਅਤੇ ਮਹਾਂਪੁਰਸ਼ਾਂ ਦੀ ਸੰਗਤ ਸਾਨੂੰ ਬੜਾ ਹੀ ਮਨਮੁਖਾ ਤੋਂ ਗੁਰਮੁਖ ਬਣਾ ਦਿੰਦੀ ਹੈ। ਬਾਬਾ ਜੀ ਜੀਆ ਨੂੰ ਜੀ, ਜੈ ਗੁਰਦੇਵ ਜੀ, ਧੰਨ ਗੁਰਦੇਵ। ਅੱਜ ਤੁਸੀਂ ਪ੍ਰੋਗਰਾਮ ਕੀਤਾ, ਉਸ ਪ੍ਰੋਗਰਾਮ ਦੇ ਵਿੱਚ ਪਹਿਲੇ ਨੰਬਰ 'ਤੇ ਤੁਹਾਡਾ ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਕੀ ਅਨੁਭਵ ਹੈ ਜੀ? ਅੱਜ ਦਾ ਜੋ ਸਮਾਗਮ ਸੀਗਾ ਸਾਡੇ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੀ 15ਵੀਂ ਸ਼ਹਾਦਤ ਸਮਾਗਮ ਸੀਗਾ, ਸੋ ਉਹਦੇ ਵਿੱਚ ਸੰਗਤਾਂ ਨੇ ਆ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹੈ। ਸੋ ਸਾਡੇ ਚੇਅਰਮੈਨ ਜੀ ਸ਼੍ਰੀ ਹੰਸਰਾਜ ਬੰਗਾ ਜੀ, ਕਾਂਛੀ ਟੀ ਵੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ,
ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਅੱਜ ਦੇ ਸਮਾਗਮ ਨੂੰ ਦਿਖਾਇਆ ਹੈ। ਸਾਰੀਆਂ ਸੰਗਤਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਮਹਾਨ ਰਹਿਬਰਾਂ ਨੂੰ ਯਾਦ ਕੀਤਾ ਹੈ, ਜੋ ਸਾਡਾ ਅਸਲ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਕਦੇ ਵੀ ਅਜਾਈ ਨਹੀਂ ਜਾਣ ਦੇਣਾ। ਇਹੀ ਆਪਣਾ ਮੁੱਖ ਮਕਸਦ ਹੈਗਾ। ਸ਼ਹਾਦਤ ਮਤਲਬ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਸਮਾਗਮ ਸੀਗਾ ਉਹਦੇ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ। ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਮੇਂ 'ਚੋਂ ਸਮਾਂ ਕੱਢ ਕੇ ਅੱਜ ਹਾਜ਼ਰੀ ਭਰੀ ਹੈ। ਬੰਗਾ ਜੀ, ਮੈਂ ਤੁਹਾਡੇ ਵੱਲ ਵੀ ਆ ਰਿਹਾ, ਕੁਝ ਜਾਣਕਾਰੀ ਦਿਓ, ਮੇਰੇ ਪੱਲੇ ਕੁਝ ਪਾਓ। ਅੱਜ ਦਾ ਜਿਹੜਾ ਸਵੇਰ ਤੋਂ ਲੈ ਕੇ ਹੁਣ ਤੱਕ ਪ੍ਰੋਗਰਾਮ ਚੱਲਿਆ, ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਹੀ ਇਸ ਦੇ ਕਰਤਾ ਧਰਤਾ, ਤੁਸੀਂ ਇਹਨੂੰ ਜਿੱਦਾਂ ਵੀ ਉਲੀਕਿਆ ਕਿ ਅੱਜ ਦੇ ਪ੍ਰੋਗਰਾਮ ਤੋਂ ਕਿੰਨਾ ਕੁ ਸੰਤੁਸ਼ਟ ਹੋ ਤੁਸੀਂ? ਜਾਗਰ ਦਿਓ ਸਾਰਿਆਂ ਨੂੰ ਜੀ, ਕਿਉਂਕਿ ਸਾਡੇ ਦਾ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਆਪਾਂ ਸਵੇਰੇ 7 ਵਜੇ ਅੰਮ੍ਰਿਤਵਾਲ ਦੀ ਜਾਪ ਆਰੰਭ ਕੀਤੇ ਸੀਗੇ, ਜਿਹਦੇ 'ਤੇ 11 ਵਜੇ ਭੋਗ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਸਰ ਬਹੁਤ ਸਾਰੇ ਕਲਾਕਾਰ ਜੇ ਆਏ, ਬਾਕੀ ਬਾਬਾ ਜੀ ਹੋਣੀ ਪ੍ਰਚਾਰ ਕੀਤਾ ਹੈਗਾ। ਅਸੀਂ ਸਾਰੇ ਸੰਘ ਦਾ ਧੰਨਵਾਦ ਕਰਦੇ ਹਾਂ ਜਿਹਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਹੈਗੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਦਾਂ ਹੀ ਆਪਾਂ ਮਿਸ਼ਨ ਇਕੱਠੇ ਰਲ ਮਿਲ ਕੇ ਜਿਹੜੇ ਵੀ ਆਪਣੇ ਕੰਮ ਕਰਨ ਵਾਲੇ ਹੈਗੇ ਆ, ਇੱਦਾਂ ਹੀ ਆਪਾਂ ਕਰਦੇ ਰਹੀਏ ਤਾਂ ਕਿ ਆਪਾਂ ਆਪਣੇ ਸਮਾਜ ਨੂੰ ਕੋਈ ਸਿੱਧਾ ਰਾਹ ਦੇ ਸਕੀਏ। ਇਹੀ ਆਸ ਕਰਦੇ ਹਾਂ ਹਮੇਸ਼ਾ ਵਾਸਤੇ। ਕੰਸ਼ੀ ਟੀ ਵੀ ਤੁਹਾਡਾ ਆਪਣਾ ਆ, ਜਦੋਂ ਮਰਜ਼ੀ ਇੱਥੇ ਆ ਜਾਓ, ਜਿਹੜੇ ਪ੍ਰੋਗਰਾਮ ਕਰਨੇ ਚਾਹੁੰਦੇ ਹੈਗੇ ਆ ਉਹ ਇੱਥੋਂ ਕਰ ਸਕਦੇ ਹੈਗੇ ਹਾਂ। ਇੰਨੇ ਕਹਿੰਦੇ ਨਾਲ ਜੀ ਵੀ ਜਿੱਦਾਂ ਅਸੀਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੀ ਇਸ ਮੁੰਡੇ ਹਫ਼ਤੇ ਦਾ ਇੱਥੇ ਸੁਲਾਂਤੀ ਦਾ ਪ੍ਰੋਗਰਾਮ ਕਰਕੇ ਬਾਅਦ 'ਚ ਇੰਡੀਆ ਚਲੇ ਜਾਣਾ ਛੇਤੀ। ਮੈਂ ਕੋਸ਼ਿਸ਼ ਕਰਾਂਗੇ ਸਾਨੂੰ ਇੱਦਾਂ ਦੇ ਮਹਾਂਪੁਰਸ਼ ਸਾਡੇ ਕੋਲ ਆਉਣ ਇੱਥੇ ਆ ਕੇ ਆਪਣੇ ਪ੍ਰਚਾਰ ਸੰਗਤਾਂ ਨੂੰ ਜਰੂਰ ਦਿਆ ਕਰਨਗੇ। ਬਾਬਾ ਜੀ, ਮੈਂ ਫਿਰ ਦੁਬਾਰਾ ਤੁਹਾਡੇ ਕੋਲ ਲੈ ਕੇ ਆ ਰਿਹਾ ਬੇਨਤੀ ਜੀ। ਤੁਸੀਂ ਇੰਗਲੈਂਡ ਦੇ ਵਿੱਚ ਜਿੱਥੇ ਜਿੱਥੇ ਵੀ ਗਏ ਹੋ ਜੀ, ਹਰ ਸੇਵਾਦਾਰ ਨਾਲ ਤੁਹਾਡਾ ਜਿੱਦਾਂ ਜਿੱਦਾਂ ਵੀ ਮੁਲਾਕਾਤ ਹੋਈ, ਹਰ ਇੱਕ ਦੇ ਸੁਭਾਅ ਵੱਖਰੇ ਵੱਖਰੇ ਆ, ਢੰਗ ਆਪਣਾ ਆਪਣਾ ਵੱਖਰਾ। ਕਾਂਛੀ ਟੀ ਵੀ ਇੱਕ ਸਮਾਜ ਦਾ ਪਹਿਲਾ ਇਹ ਮੀਡੀਆ ਜਿਹੜਾ ਕਿ ਸੰਗਤਾਂ ਨੂੰ ਆਪਣੇ ਰਹਿਬਰਾਂ ਦੇ ਸੁਨੇਹੇ ਦੇਣ ਵਾਸਤੇ, ਉਹਨਾਂ ਦੇ ਇਤਿਹਾਸ ਪੱਖੋਂ ਜਾਗਰੂਕ ਕਰਨ ਵਾਸਤੇ ਇਹ ਬਣਾਇਆ ਗਿਆ। ਤੁਸੀਂ ਵਾਪਸ ਭਾਰਤ ਜਾ ਰਹੇ ਹੋ, ਅੱਗੇ ਵੀ ਇੱਥੇ ਆਏ ਸੀਗੇ, ਆ ਜੋ ਪ੍ਰਬੰਧਕਾਂ ਨੇ ਜਾਂ ਇੱਥੋਂ ਦੀਆਂ ਸੰਗਤਾਂ ਨੇ ਸਹਿਯੋਗ ਦੇ ਕੇ ਆ ਐਡਾ ਵੱਡਾ ਪਲੇਟਫਾਰਮ ਖੜ੍ਹਾ ਕੀਤਾ, ਕਿਹੋ ਜਿਹਾ ਸੁਨੇਹਾ ਤੁਸੀਂ ਇੱਥੋਂ ਸਾਡੇ ਕੋਲੋਂ ਲੈ ਕੇ ਜਾ ਰਹੇ ਹੋ, ਕਿਹੋ ਜਿਹਾ ਪਿਆਰ, ਕਿਹੋ ਜਿਹੀ ਸਾਡੇ ਇੱਥੋਂ ਦੀਆਂ ਸੰਗਤਾਂ ਦਾ ਰਹਿਣ ਸਹਿਣ ਜਾਂ ਢੰਗ ਮੰਨਣ ਦਾ ਜਾਂ ਕੌਮ ਪ੍ਰਤੀ ਪਿਆਰ, ਗੁਰੂ ਪ੍ਰਤੀ ਪਿਆਰ, ਤੁਸੀਂ ਉੱਥੇ ਵੀ ਸਟੇਜਾਂ 'ਤੇ ਜਾਂਦੇ ਹੋ, ਤੁਸੀਂ ਇੱਥੇ ਦੇ ਬਾਰੇ ਕਿਹੋ ਜਿਹਾ ਜ਼ਿਕਰ ਕਰੋਗੇ, ਕਿਹੋ ਜਿਹੇ ਵਿਚਾਰ ਤੁਹਾਡੇ ਹੋਣਗੇ? ਜੀ, ਇੱਥੇ ਇੰਗਲੈਂਡ ਦੇ ਵਿੱਚ ਸ਼ੌਂਕੀ ਸਾਹਿਬ ਜੀ, ਕਿਉਂਕਿ ਸਮੇਂ ਦੀ ਬੜੀ ਘਾਟ ਹੈ, ਕਿਉਂਕਿ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਸਮੇਂ 'ਚੋਂ ਸਮਾਂ ਕੱਢ ਕੇ ਆਉਂਦੀਆਂ ਨੇ ਜੀ। ਅਤੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਕੁਛ ਹੋਰ ਹੈ, ਇੱਥੇ ਦਾ ਮਾਹੌਲ ਕੁਛ ਹੋਰ ਹੈ, ਕਿਉਂਕਿ ਇੱਥੇ ਰੁਝੇਵੇਂ ਜ਼ਿਆਦਾ ਨੇ ਜੀ ਅਤੇ ਸਮਾਂ ਬਹੁਤ ਘੱਟ ਹੈ। ਪਰ ਫਿਰ ਵੀ ਮੈਂ ਉਤਸ਼ਾਹ ਦੇਖਿਆ ਸੰਗਤਾਂ ਦੇ ਵਿੱਚ ਕਿ ਜਿਹੜੀਆਂ ਸੰਗਤਾਂ ਸਮੇਂ 'ਚੋਂ ਸਮਾਂ ਕੱਢ ਕੇ ਆਉਂਦੀਆਂ ਨੇ ਔਰ ਕੀਰਤਨ ਦਾ ਆਨੰਦ ਮਾਣਦੀਆਂ ਨੇ। ਮੈਨੂੰ ਮਨਾ ਮੋਹੀ ਪਿਆਰ ਮਿਲਿਆ ਸਾਰੀਆਂ ਸੰਗਤਾਂ ਦੇ ਵੱਲੋਂ, ਕਾਂਛੀ ਟੀ ਵੀ ਦੀ ਸਾਰੀ ਸਮੁੱਚੀ ਟੀਮ ਦੇ ਵੱਲੋਂ, ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਕਮਿਊਨਿਟੀ ਸੈਂਟਰ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹਦੇ ਵਿੱਚ ਜਦੋਂ ਵੀ
ਮੌਕਾ ਮਿਲਿਆ ਉੱਥੇ ਸਤਿਗੁਰੂ ਮਹਾਰਾਜ ਦੇ ਪ੍ਰਚਾਰ ਦੇ ਲਈ ਮੈਨੂੰ ਮੌਕਾ ਮਿਲਿਆ ਅਤੇ ਮੈਂ ਸੰਗਤਾਂ ਦੇ ਰੂਬਰੂ ਹੋਇਆ। ਸੰਗਤਾਂ ਨੇ ਮਨਾ ਮੋਹੀ ਪਿਆਰ ਦਿੱਤਾ। ਇਸੇ ਤਰ੍ਹਾਂ ਵੱਖ ਵੱਖ ਗੁਰੂ ਘਰ, ਚਾਹੇ ਉਹ ਬੈਡਫੋਰਡ ਸੀ, ਚਾਹੇ ਵਾਲਸਲ ਸੀ, ਵੋਲਵਰਹੈਂਪਟਨ ਸੀ, ਔਰ ਹੈਂਡਸਵਰਥ ਜਿਹੜਾ ਗੁਰੂ ਘਰ ਹੈ ਜੀ, ਗੁਰੂ ਰਵਿਦਾਸ ਭਵਨ, ਔਰ ਜਗ੍ਹਾ ਜਗ੍ਹਾ 'ਤੇ ਜਾ ਕੇ ਪ੍ਰਚਾਰ ਕਰਨ ਦਾ ਮੌਕਾ ਮਿਲਿਆ। ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਅਤੇ ਮੈਂ ਆਪਣੀ ਜਿਹੜੇ ਸਤਿਗੁਰੂ ਮਹਾਰਾਜ ਦੀ ਮਿਸ਼ਨ ਦੀ ਗੱਲ ਆ ਉਹ ਸਾਰਿਆਂ ਦੇ ਰੂਬਰੂ ਕਰ ਸਕਿਆ। ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ ਹਰ ਇੱਕ ਦੇ ਵਿੱਚ, ਅਤੇ ਕੋਸ਼ਿਸ਼ ਕਰਦੇ ਰਹਿੰਦੇ ਹਾਂ ਹਰ ਵਾਰ ਕੁਛ ਨਾ ਕੁਛ ਨਵਾਂ ਕਰਕੇ ਆਈਏ, ਤਾਂ ਜੋ ਸੰਗਤਾਂ ਦੇ ਵਿੱਚ ਕੋਈ ਸੌਖੇ ਤਰੀਕੇ ਦੇ ਨਾਲ ਆਪਾਂ ਸਤਿਗੁਰੂ ਮਹਾਰਾਜ ਦਾ ਜਿਹੜਾ ਵੱਧ ਤੋਂ ਵੱਧ ਪ੍ਰਚਾਰ ਕਰ ਸਕੀਏ, ਤਾਂ ਜੋ ਸੰਗਤਾਂ ਨੂੰ ਸੌਖਿਆਂ ਤਰੀਕਿਆਂ ਸਮਝਣ ਵਿੱਚ ਸੌਖਾ ਲੱਗੇ, ਅਤੇ ਇਸ ਕਰਕੇ ਉਹ ਭਾਸ਼ਾ ਜਿਹੜੀ ਆ ਉਹ ਸ਼ਬਦ ਜਿਹੜੇ ਆ ਇਸ ਤਰੀਕੇ ਦੇ ਨਾਲ ਪਰੋ ਕੇ ਸੰਗਤਾਂ ਦੇ ਰੂਬਰੂ ਕਰੀਦੇ ਆ। ਅਤੇ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਕੁ ਵੀ ਸਾਹ ਨੇ, ਜਿੰਨੇ ਵੀ ਸਮਾਂ ਮਿਲਿਆ ਹੈ ਮਾਲਕ ਦੀ ਕਿਰਪਾ ਦੇ ਨਾਲ, ਉਹ ਆਪਾਂ ਸਾਰੇ ਆ ਜਿਹੜੇ, ਕਿਉਂਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਸੰਤ ਰਾਮਨ। ਅੱਛਾ ਗੁਰੂ ਪਿਆਰਿਓ, ਬਾਬਾ ਜੀ ਆਪਣੇ ਵਿਚਾਰ ਦੇ ਰਹੇ ਸੀ, ਉਹਦੇ ਨਾਲ ਹੀ ਮੈਂ ਇੱਕ ਸੱਚ ਨੂੰ ਸੁਣਨਾ ਚਾਹੁੰਦਾ ਬਾਬਾ ਜੀ। ਜੇ ਅਸੀਂ ਜਾ ਕੇ ਭਾਰਤ ਵਿੱਚ, ਪੰਜਾਬ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ, ਗਾਂਢੀਆਂ ਗੁਆਂਢੀਆਂ ਨੂੰ, ਸਮਾਜ ਨੂੰ, ਜਾਂ ਜਿਹੜੇ ਮਿਲ ਵਰਤਨ ਨੇ, ਇੱਥੋਂ ਦੀ ਕੋਈ ਸੱਚਾਈ ਦੱਸਣ ਦਾ ਯਤਨ ਕਰੀਏ, ਤਾਂ ਸ਼ਾਇਦ ਸਾਡੇ 'ਤੇ, ਮੇਰੇ ਖਿਆਲ ਬਹੁਤ ਘੱਟ ਸਾਡੇ 'ਤੇ ਵਿਸ਼ਵਾਸ ਕਰਦੇ ਵੀ ਝੂਠ ਬੋਲਦੇ ਆ ਜੀ। ਤੁਸੀਂ ਇੱਥੇ ਦੀ ਸਾਡੇ ਘੁੰਮ ਫਿਰ ਕੇ ਦੇਖ ਲਿਆ ਵੀ ਸਾਡੀਆਂ ਮਿਹਨਤਾਂ ਕਿੱਦਾਂ ਦੀਆਂ ਜੀ, ਕਿੱਦਾਂ ਦੀ ਸਾਡੀ ਕਮਾਈ ਹੈ, ਕਿੱਦਾਂ ਅਸੀਂ ਘਰਾਂ ਦੇ ਵਿੱਚ ਆਪਣੇ ਹੱਥੀਂ ਸਾਰੇ ਕੰਮ ਕਰਕੇ ਕਿੱਦਾਂ ਗੁਜ਼ਾਰਾ ਕਰਦੇ ਹਾਂ, ਅਤੇ ਜੋ ਉੱਥੇ ਬੈਠਿਆ ਲੋਕਾਂ ਦੀ ਇਹ ਤਮੰਨਾ, ਇਹ ਆਸ਼ਾ ਹੁੰਦੀਆਂ ਨੇ ਕਿ ਉੱਥੇ ਪਤਾ ਨਹੀਂ ਪੈਸਾ ਕਿੱਦਾਂ ਹੈਗਾ, ਜਾਂ ਜਿਹੜੇ ਉੱਥੇ ਉਡੀਕਾਂ ਲਾ ਕੇ ਬੈਠੇ ਨੇ ਵੀ ਇੰਗਲੈਂਡ ਦੀ ਧਰਤੀ 'ਤੇ ਜਾਈਏ ਅਤੇ ਉੱਥੇ ਕੰਮ ਜਾਂਦਿਆਂ ਨੂੰ ਮਿਲ ਜਾਣਾ, ਕੀ ਅੱਜ ਤੁਸੀਂ ਜਾ ਕੇ ਇੱਥੋਂ ਦੇ ਸੱਚ ਨੂੰ ਸੱਚ ਦੇ ਵਿੱਚ ਦੱਸੋਗੇ ਵੀ ਕੀ ਅਸੀਂ ਦੇਖ ਕੇ ਆਏ ਅੱਖੀ ਦਿੱਤਾ ਜੀ? ਬਿਲਕੁਲ ਪੂਰੀ ਕੋਸ਼ਿਸ਼ ਕਰੀਦੀ ਆ, ਉਹਨਾਂ ਨੂੰ ਜਾ ਕੇ ਸਮਝਾਈਦਾ ਆ ਵੀ ਉੱਥੇ ਦੀ ਜਿਹੜੀ ਜ਼ਿੰਦਗੀ ਆ ਅਤੇ ਇੱਥੇ ਦੀ ਜ਼ਿੰਦਗੀ ਦਾ ਬਹੁਤ ਜ਼ਮੀਨ ਅਸਮਾਨ ਦਾ ਅੰਤਰ ਆ, ਕਿਉਂਕਿ ਇੱਥੇ ਆ ਕੇ ਕਾਰੋਬਾਰ ਖੋਲ੍ਹਣੇ ਜਾਂ ਕਿਸੇ ਕੰਮ 'ਤੇ ਜੋਬ ਦੇ ਲਈ ਅਪਲਾਈ ਕਰਨਾ, ਉਹਦੇ ਲਈ ਤੁਹਾਡੇ ਵਿੱਚ ਐਲੀਜੀਬਿਲਟੀ ਹੋਣੀ ਬਹੁਤ ਜ਼ਰੂਰੀ ਆ, ਯੋਗਤਾ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਆਪਣੇ ਜਿੱਦਾਂ ਹੈਗਾ ਉੱਥੇ ਜਿਹੜਾ ਮਰਜ਼ੀ ਕੰਮ ਕਰ ਲੈਂਦਾ ਹੈਗਾ, ਜਿੱਥੇ ਮਰਜ਼ੀ ਲੱਗ ਜਾਂਦਾ ਆ, ਪਰ ਇੱਥੇ ਆ ਕੇ ਫਿਰ ਉਹ ਕੰਮ ਦੇ ਆਧਾਰ 'ਤੇ, ਇੱਥੇ ਬਹੁਤ ਪੜ੍ਹਾਈ ਦੇ ਆਧਾਰ 'ਤੇ ਜਿਹੜੇ ਕੰਮ ਮਿਲਦੇ ਆ ਉਹ ਬਹੁਤ ਘੱਟ ਲੋਕਾਂ ਦੇ ਕੋਲ ਆ, ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇੱਥੇ ਮਿਹਨਤ ਕਰਕੇ, ਇੰਨੀ ਮਿਹਨਤ ਕਰਕੇ ਪੈਸਾ ਕਮਾਇਆ ਜਾਂਦਾ ਹੈਗਾ। ਆਪਾਂ ਕੋਸ਼ਿਸ਼ ਤਾਂ ਕਰਦੇ ਹਾਂ, ਪਰ ਗੱਲ ਇਹ ਆ ਵੀ ਕਿਸੇ ਨੇ ਸਮਝਣਾ ਜਾਂ ਨਹੀਂ ਸਮਝਣਾ, ਗੱਲ ਉਹੀ ਆ, ਕਹਿੰਦੇ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ, ਜਦ ਤੱਕ ਉਹਨਾਂ ਦਾ ਹਜੇ ਬਾਹ ਨਹੀਂ ਪਿਆ, ਉਹ ਦੂਰੋਂ ਦੇਖਦੇ ਨੇ ਵੀ ਇੰਗਲੈਂਡ ਬਹੁਤ ਸੋਹਣਾ ਆ, ਤਸਵੀਰਾਂ 'ਚ ਦੇਖ ਲੈਂਦੇ ਨੇ, ਪਰ ਜੋ ਇੱਥੇ ਆ ਕੇ ਦੇਖਦੇ ਨੇ ਕਿ ਸੋਹਣਾ ਤਾਂ ਬਹੁਤ ਹੈਗਾ, ਪਰ ਜਦੋਂ ਕੰਮ ਕਰਕੇ ਕਮਾਈ ਕਰਕੇ ਰੋਟੀ ਖਾਣੀ ਆ, ਉਹ ਇੱਥੇ ਵੀ ਉਹ ਸੇਮ ਆ ਅਤੇ ਉੱਥੇ ਵੀ ਸੇਮ ਆ, ਮਿਹਨਤ ਕਰਨੀ ਪੈਂਦੀ ਆ। ਕਿਸੇ ਵੀ ਦੇਸ਼ ਵਿੱਚ ਜਾਈਏ ਉੱਥੇ ਜਾ ਕੇ ਐਡਜਸਟਮੈਂਟ ਕਰਨੀ ਥੋੜ੍ਹੀ ਮੁਸ਼ਕਲ ਹੁੰਦੀ ਆ, ਕਿਉਂਕਿ ਜਿਹੜੇ ਪਹਿਲਾਂ ਦੇ ਆ ਗਏ ਨੇ ਉਹਨਾਂ ਨੇ ਐਡਜਸਟਮੈਂਟ ਕੀਤੀ ਹੋਈ ਆ, ਹੁਣ ਜਿਹੜੇ ਬੱਚੇ ਨਵੇਂ ਆਈਲਟ ਕਰਕੇ ਆ ਰਹੇ ਨੇ, ਮੈਂ ਉਹਨਾਂ ਦੇ ਹਾਲਤ ਦੇਖਦਾ ਹਾਂ ਅਤੇ ਤਰਸ ਆਉਂਦਾ ਉਹਨਾਂ 'ਤੇ। ਸੋ ਗੁਰੂ ਪਿਆਰਿਓ, ਕਿਉਂਕਿ ਉੱਥੇ ਜਦੋਂ ਸਾਡੇ ਮੁੰਦੀਆਂ ਪਾਈਆਂ ਹੋਈਆਂ ਦੇਖਦੇ ਨੇ, ਕਈ ਫਿਰ ਮਹਿਫਲਾਂ ਲਾ ਕੇ ਜਦੋਂ ਬਹਿੰਦੇ ਨੇ ਨਾ, ਫਿਰ ਉਹ ਲੋਕਾਂ ਨੂੰ ਫਿਰ ਇੱਕ ਔਰ ਇਹੋ ਜਿਹਾ ਸਬਜ਼ਾ ਦਿਖਾਉਂਦੇ ਹਾਂ ਵੀ ਉੱਥੇ ਬਸ ਅਸੀਂ ਮਾਇਆ 'ਚ ਹੀ ਹੈ। ਅਤੇ ਮੈਂ ਬੰਗਾ ਜੀ ਵੱਲ ਜਾ ਰਿਹਾ,
ਵੀ ਜਿਹਦੇ ਜਿਹਨਾਂ 'ਤੇ ਮਹਾਰਾਜ ਦੀ ਕਿਰਪਾ, ਵੀ ਇਹਨਾਂ ਦੀ ਜਿਹੜੀ ਕਮਾਈ ਆ ਉੱਥੇ ਜਾਂਦਿਆਂ ਨੂੰ ਕਹਿੰਦੇ ਵੀ ਲੱਖਾਂ ਪਤੀ ਆ, ਕਰੋੜਾਂ ਪਤੀ ਹੈ। ਬੰਗਾ ਜੀ ਤੁਸੀਂ ਦੱਸਿਓ ਤਾਂ ਆਪਣੀ ਕਮਾਈ ਕਿੱਦਾਂ ਕਰਦੇ ਤੁਸੀਂ? ਮੈਡਮ ਜੀ ਦੱਸਦੇ ਤਾਂ ਕਦੇ ਨਹੀਂ ਕੋਈ ਹੈਗੀ, ਸਾਰਿਆਂ ਨੂੰ ਪਤਾ ਹੀ ਆ। ਆਪਾਂ ਸਾਰੇ ਜਿੱਦਾਂ ਵੀ ਕਿਤੇ ਨਾ ਕਿਤੇ ਪਾਸੇ ਕੰਮ ਆਪਾਂ ਕਾਰੋਬਾਰ ਸਟਾਰਟ ਕਰਨਾ ਨਹੀਂ, ਕਈ ਵਾਰੀ ਤੁਹਾਡੀ ਅਸੀਂ ਫੂਕ ਬੰਨਦੇ ਨਾ ਵੱਡੇ ਵੱਡੇ ਕਰਕੇ, ਅਤੇ ਜਿਹੜੀ ਤੁਹਾਡੀ ਕਮਾਈ ਕਿੱਦਾਂ ਤੁਸੀਂ ਕੀਤੀ ਆ ਇਹ ਨਹੀਂ ਦੱਸ ਹੁੰਦਾ ਸਾਡੇ, ਮਿਹਨਤ ਨਾਲ ਹੀ ਆ ਜੀ। ਕਮਾਈ ਤਾਂ ਦੇਖਦੇ ਹੋ 70 ਸਾਲ ਦੀ ਹੋ ਚੱਲੀ ਆ ਜੀ, ਹਾਲੇ ਵੀ 70 ਦਿਨ ਕੰਮ ਕਰੀਦਾ ਹੈ। ਇਹ ਸੁਣ ਲਿਓ, ਸੁਣ ਲਿਓ ਜੀ ਸਤਸੰਗ ਜੀ, ਮੈਂ ਬੇਨਤੀ ਕਰ 6 ਵਜੇ ਤੋਂ ਉੱਠ ਕੇ ਰਾਤ ਨੂੰ 9:30 ਤਾਂ ਇੱਥੇ ਵੱਜ ਜਾਂਦੇ ਆ। ਹਾਂਜੀ ਇੱਕ ਕਾਲ ਲੈ ਲਈ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਚੌਂਕੀ ਜੀ। ਹਾਂਜੀ ਵੀਰ ਹਰਵੰਸ਼ ਜੀ, ਜੀ ਹਾਂ ਜੀ, ਜੀ ਹਾਂ ਵੀਰ। ਮੈਂ ਹੁਣੇ ਤੁਹਾਡਾ ਪ੍ਰੋਗਰਾਮ ਲਾਇਆ ਤਾਂ ਤੁਸੀਂ ਬਾਬਾ ਜੀ ਨੂੰ ਸਵਾਲ ਪੁੱਛਿਆ। ਇਹ ਨਹੀਂ ਕਿਹਾ ਵੀ ਤੁਸੀਂ ਪੱਥੇ ਲੱਗੇ ਆ, ਠੀਕ ਠੀਕ ਹੈ। ਗੱਲ ਇੱਦਾਂ ਆ, ਜਿਹੜਾ ਤੁਹਾਡਾ ਸਵਾਲ ਹੈ ਜਾਂ ਉਹਨਾਂ ਦਾ ਜਿਹੜਾ ਜਵਾਬ ਹੈ, ਦੇਖੋ ਇਹ ਨੌਜਵਾਨ ਪੜ੍ਹੇ ਲਿਖੇ ਹੋਣਗੇ, ਮੈਂ ਤਾਂ ਇਹਨਾਂ ਦੀ ਪਹਿਲੀ ਜਾਂ ਦੂਜੀ ਵਾਰੀ ਦਰਸ਼ਨ ਕਰ ਦਾਂ ਜੀ। ਧੰਨਵਾਦ। ਅੱਜ ਇਹਨਾਂ ਦਾ ਪ੍ਰਵਚਨ ਸੁਣਿਆ, ਮੈਂ ਤੁਹਾਨੂੰ ਟੈਲੀਫੋਨ ਵੀ ਕੀਤਾ, ਤੁਸੀਂ ਜਵਾਬ ਨਹੀਂ ਦਿੱਤਾ ਮੈਨੂੰ, ਮੈਂ ਵਧਾਈ ਦੇਣੀ ਚਾਹੁੰਦਾ ਸੀ। ਗੱਲ ਇੱਦਾਂ ਆ, ਤੁਸੀਂ ਇੱਥੇ ਆਏ ਹੋ ਜੀ, ਇੱਥੇ ਦੇ ਲੋਕਾਂ ਨੂੰ ਮਿਲੇ ਹੋ, ਫਤਿਹਪੁਰ ਸਾਹਿਬ ਨਾਲ ਵੀ ਗੱਲਾਂ ਬਾਤਾਂ ਹੋਈਆਂ, ਇਹ ਬੜਾ ਅੱਛਾ ਕੰਮ ਕਰ ਰਹੇ, ਕੰਸਟੀ ਵੀ ਚਲਾ ਰਹੇ ਆ, ਬਹੁਤ ਹੀ ਵਧੀਆ ਮਿਹਨਤ ਕਰਕੇ ਇਹ ਆਪਣਾ ਕਾਰੋਬਾਰ ਕਰ ਰਹੇ ਆ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਆ। ਸ਼੍ਰੀ ਗੁਰੂ ਰਵਿਦਾਸ ਜੀ ਬਾਣੀ ਦੇ ਮਾਰੇ ਮੁਤਾਬਕ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ। ਜਿੱਥੇ ਤੱਕ ਮੇਰੀ ਸਮਝ ਹੈਗੀ, ਮੈਂ ਬਹੁਤ ਪੜ੍ਹਿਆ ਲਿਖਿਆ ਤਾਂ ਨਹੀਂ ਹੈਗਾ, ਪਰ ਜੋ ਮੈਨੂੰ ਤਕਰੀਬਨ 64 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਅਤੇ ਜੋ ਅਸੀਂ ਇੱਥੇ ਕੰਮ ਕੀਤੇ ਆ ਉਹਦੇ ਮੁਤਾਬਕ, ਜਾਂ ਜੋ ਵੀ ਅਸੀਂ ਕਰ ਚੁੱਕੇ ਹਾਂ ਜਾਂ ਕਰ ਸਕੇ ਹਾਂ ਉਹਦੇ ਮੁਤਾਬਕ, ਮੈਂ ਫੀਲ ਕਰਦਾ ਕਿ ਭਾਰਤ ਦੇ ਵਿੱਚ ਜਿਹੜੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਵਿੱਦਿਆ ਪ੍ਰਣਾਲੀ ਹੈ ਉਹ 'ਚ ਬਹੁਤ ਜ਼ਿਆਦਾ ਵੱਡਾ ਨੁਕਸ ਹੈ। ਇਹ ਮੇਰੀ ਆਪਣੀ ਥਿੰਕਿੰਗ ਹੈ ਜੀ, ਹੋ ਸਕਦਾ ਕਿ ਮੈਂ ਗਲਤ ਹੀ ਬੋਲਦਾ ਹਾਂ, ਲੇਕਿਨ ਮੈਂ ਇਹ ਬਿਲੀਵ ਕਰਦਾ ਕਿ ਜਦੋਂ ਅਸੀਂ ਤੁਸੀਂ ਇੱਥੇ ਆਏ ਹੋ, ਇੰਗਲੈਂਡ ਦੇਖਿਆ, ਅਮੈਰੀਕਾ ਵੀ ਗਏ ਹੋਵੋਗੇ, ਹੋਰ ਵੀ ਜਗ੍ਹਾ ਦੇਖਿਆ, ਇਹ ਕੰਟਰੀਆਂ ਜਿਹੜੀਆਂ ਇਹਨਾਂ ਦੇ ਹਾਵ ਭਾਵ, ਇਹਨਾਂ ਦੇ ਕੰਮ ਕਰਨ ਦੇ ਤਰੀਕੇ, ਇਹਨਾਂ ਦੀ ਸੋਚ ਦੇ ਰੰਗ ਢੰਗ ਜੋ ਹੈ ਤੁਸੀਂ ਦੇਖਿਆ ਹੋਏਗਾ। ਹਾਂਜੀ ਹਾਂਜੀ, ਅੱਜ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਹਾਂਜੀ, ਲੇਕਿਨ ਮੈਨੂੰ ਹਮੇਸ਼ਾ ਇਹ ਅਫਸੋਸ ਹੈ ਕਿ ਅਸੀਂ ਗੱਲਾਂ 18ਵੀਂ, 17ਵੀਂ, 18ਵੀਂ, 19ਵੀਂ, 20ਵੀਂ ਸਦੀ ਦੀਆਂ ਕਰਦੇ ਹਾਂ, ਜਦਕਿ ਅਸੀਂ ਰਹਿਣਾ 21ਵੀਂ ਸਦੀ ਵਿੱਚ ਹੈ, ਔਰ ਜੋ 21ਵੀਂ ਸਦੀ 'ਚ ਹੋਣਾ ਆ ਜਾਂ ਹੋ ਰਿਹਾ ਉਹਦੇ ਮੁਤਾਬਕ ਜਿਹੜੀ ਸਾਡੀ ਵਿੱਦਿਆ ਉਹ ਹੈ ਨਹੀਂ ਜੀ। ਪੰਜਾਬ ਦੇ ਲੋਕ, ਤੁਸੀਂ ਦੇਖੋ ਉੱਥੇ ਇੱਕ ਪ੍ਰਚਾਰਕ ਹੋ ਜੀ, ਬਹੁਤ ਲੋਕਾਂ ਨਾਲ ਤੁਹਾਡਾ ਸੰਪਰਕ ਆਉਂਦਾ ਹੋਏਗਾ, ਹਾਂਜੀ ਹਾਂਜੀ, ਬਹੁਤ ਸਾਰੇ ਨੌਜਵਾਨ ਤੁਹਾਡੇ ਸੰਪਰਕ 'ਚ ਆਉਣਗੇ, ਬਿਲਕੁਲ, ਬਹੁਤ ਸਾਰੇ ਨੌਜਵਾਨ ਜਿਹੜੇ ਕਾਲਜ ਯੂਨੀਵਰਸਿਟੀ ਜਾਂਦੇ ਤੁਹਾਡੇ ਸੰਪਰਕ 'ਚ ਆਉਂਦੇ ਹੋ ਜੀ। ਮੈਨੂੰ ਵੀ ਇੱਥੇ ਮੌਕਾ ਮਿਲਿਆ ਕੁਝ ਕੰਮ ਕਰਨ ਦਾ ਐਜੂਕੇਸ਼ਨ ਦੇ ਵਿੱਚ ਜੀ, ਉਹਦੇ ਵਿੱਚ ਮੈਂ ਦੇਖਿਆ ਕਿ ਜਿਹੜੇ ਸਾਡੇ ਸਟੂਡੈਂਟ ਦਾ ਸਟੈਂਡਰਡ ਹੈ ਨਾ ਜੀ, ਬਹੁਤ ਲੋਅ ਆ ਜੀ, ਜੋ ਅਸੀਂ ਆ ਸਕਦੇ ਹਾਂ ਆਪਣੀ ਕਮਿਊਨਿਟੀ ਤੋਂ, ਜਿੱਦਾਂ ਤੁਸੀਂ ਗੁਰੂ ਰਵਿਦਾਸ ਜੀ ਨੇ ਵਿੱਦਿਆ ਦੇ ਬਾਰੇ ਕਿਹਾ
ਡਾਕਟਰ ਅੰਬੇਦਕਰ ਨੇ ਵੀ ਇਹਦੇ ਬਾਰੇ ਕਿਹਾ, ਜਾਂ ਹੋਰ ਵੀ ਜਿਹੜੇ ਲੀਡਰ ਹੈਗੇ ਆ, ਉਹ ਜਿਹੜੀ ਇਸ਼ਾਰਾ ਕੀਤਾ ਆ ਉਹ ਇਸ਼ਾਰੇ ਦੇ ਨੂੰ ਅਸੀਂ ਸਮਝ ਨਹੀਂ ਸਕੇ, ਮੈਨੂੰ ਇੱਦਾਂ ਲੱਗਦਾ ਜੀ। ਕਿਉਂਕਿ ਜਦੋਂ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਜਦੋਂ ਅਸੀਂ ਇੱਥੇ ਇੱਕ ਐਜੂਕੇਸ਼ਨ ਸੋਸਾਇਟੀ ਬਣਾਈ ਹੋਈ ਆ ਜੀ, ਔਰ ਤਕਰੀਬਨ 10-15 ਹਜ਼ਾਰ ਸਟੂਡੈਂਟਸ ਨੂੰ ਅਸੀਂ ਪੈਸੇ ਦਿੱਤੇ ਆ, ਠੀਕ ਹੈ ਜੀ, ਹੈਲਪ ਦਿੱਤੀ ਹੈ, ਮੋਨੀਟਰੀ ਹੈਲਪ, ਤਾਂ ਕਿ ਇਹਨਾਂ ਦੀ ਜ਼ਿੰਦਗੀ ਬਦਲ ਜਾਏ ਜੀ। ਲੇਕਿਨ ਜਦੋਂ ਅਸੀਂ ਉਹਨਾਂ ਦੇ ਜਿਹੜੀ ਐਪਲੀਕੇਸ਼ਨ ਸਾਨੂੰ ਉਹ ਪਾਉਂਦੇ ਆ, ਅਸੀਂ ਇੰਗਲਿਸ਼ 'ਚ ਮੰਗਦੇ ਹਾਂ ਉਹਨਾਂ ਕੋਲ, ਪੰਜਾਬੀ ਹਿੰਦੀ 'ਚ ਨਹੀਂ ਮੰਗਦੇ ਜੀ, ਔਰ ਜਿਹੜਾ ਉਹਨਾਂ ਦਾ ਇੰਗਲਿਸ਼ ਦਾ ਸਟੈਂਡਰਡ ਹੈਗਾ ਜੀ, ਉਹ ਦੇਖ ਕੇ ਰੋਣ ਆਉਂਦਾ ਹੈ ਜੀ। ਜਦ ਕਿ ਤੁਸੀਂ ਭਾਰਤ ਸਾਰੇ ਟੈਲੀਵਿਜ਼ਨ ਦੇਖ ਲਓ, ਜਿੰਨੇ ਵੀ ਚੈਨਲ ਹੈਗੇ ਆ ਜਾਂ ਜਿੰਨੇ ਵੀ ਅਦਾਰੇ, ਉੱਥੇ ਡਿਸਕਸ਼ਨ ਹੋ ਰਹੀ ਆ ਜੀ, ਉਹ ਮੋਸਟਲੀ ਹਿੰਦੀ ਔਰ ਪੰਜਾਬ ਆਪਣੇ ਇੰਗਲਿਸ਼ 'ਚ ਹੋ ਰਹੀ ਆ, ਪੰਜਾਬੀ 'ਚ ਬਹੁਤ ਘੱਟ, ਸਿਰਫ ਸਵਾਏ ਪੰਜਾਬ ਤੋਂ, ਹੋਰ ਕਿਤੇ ਨਹੀਂ ਹੁੰਦੀ। ਅਤੇ ਜੇ ਅੱਜ ਇਨਵੈਸਟਮੈਂਟ ਸਾਰੀ ਦੁਨੀਆ ਦੀ ਇਨਵੈਸਟਮੈਂਟ ਉੱਥੇ ਮੋਦੀ ਸਾਹਿਬ ਚਾਹੁੰਦੇ ਆ, ਤਾਂ ਡੈਫੀਨੇਟਲੀ ਜਿਹੜੇ ਇਹ ਕੰਟਰੀਆਂ ਹੈਗੀਆਂ, ਇਹਨਾਂ ਦੀ ਡਿਫਰੈਂਟ ਲੈਂਗੁਏਜਿਸ ਹੈ, ਲੇਕਿਨ ਇੱਕ ਲੈਂਗੁਏਜ ਕਾਮਨ ਹੈ ਜਿਹਦੇ ਥਰੂ ਉਹਨਾਂ ਨੇ ਕੰਮ ਕਰਨਾ, ਉਹ ਹੈਗੇ ਇੰਗਲਿਸ਼। ਜਦਕਿ ਸਾਡੇ ਸਟੂਡੈਂਟਸ ਦੀ ਇੰਗਲਿਸ਼ ਦੀ ਜਿਹੜੀ ਸਟੈਂਡਰਡ ਆ ਬਹੁਤ ਲੋਅ ਆ, ਤਾਂ ਅਸੀਂ ਜਿਹੜੀ ਇਨਵੈਸਟਮੈਂਟ ਹੋਣੀ ਉਹ ਤੋਂ ਕਿੰਨਾ ਕੁ ਫਾਇਦਾ ਲਾਉਂਗੇ, ਕਿਉਂਕਿ ਜਦੋਂ ਜਿਹਨਾਂ ਲੋਕਾਂ ਨੇ ਸਾਨੂੰ ਨੌਕਰੀਆਂ ਦੇਣੀਆਂ, ਉਹ ਤਾਂ ਲੋਕ ਅੰਗਰੇਜ਼ੀ ਬੋਲਣਗੇ, ਅਸੀਂ ਪੰਜਾਬੀ ਬੋਲਾਂਗੇ। ਮੇਰੇ ਕਹਿਣ ਦਾ ਭਾਵ ਹੈ ਕਿ ਜੋ ਵੀ ਸਬਜੈਕਟ ਅਸੀਂ ਉੱਥੇ ਪੜ੍ਹਾਉਂਦੇ ਹਾਂ, ਉੱਥੇ ਪੜ੍ਹਨਾ ਲਿਖਣਾ ਤਾਂ ਜ਼ਰੂਰ ਸਿਖਾ ਦਿੱਤਾ ਜਾਏਗਾ, ਲੇਕਿਨ ਉਹ ਲੈਂਗੁਏਜ ਨੂੰ ਬੋਲਣਾ ਨਹੀਂ ਕੋਈ ਨਾ, ਉਹ ਕੋਸ਼ਿਸ਼ ਕਰਦੇ ਕਿ ਇੱਕ ਬਹੁਤ ਵੱਡਾ ਖਾਮੀ ਹੈ। ਮੈਂ ਬਿਲੀਵ ਕਰਦਾ, ਮੈਂ ਹਮੇਸ਼ਾ ਵੀ ਚੈਨਲ ਤੇ ਭਾਈ ਸਾਹਿਬ ਇੱਥੇ ਬੰਗਾ ਸਾਹਿਬ ਨਾਲ ਗੱਲ ਕਈ ਵਾਰੀ ਹੋਈ ਆ, ਮੈਂ ਬਿਲੀਵ ਕਰਦਾ ਕਿ ਸਾਡੇ ਵਾਸਤੇ ਦੋ ਸਬਜੈਕਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਇੱਕ ਇੰਗਲਿਸ਼ ਲੈਂਗੁਏਜ ਔਰ ਇੱਕ ਮੈਥਮੈਟਿਕਸ ਜੀ। ਇਸ ਤੋਂ ਬਿਨਾਂ ਅਸੀਂ ਤਰੱਕੀ ਨਹੀਂ ਕਰ ਸਕਦੇ, ਮੈਂ ਦਾਅਵੇ ਨਾਲ ਕਹਿਣ ਨੂੰ ਤਿਆਰ ਹਾਂ, ਠੀਕ ਹੈ ਜੀ, ਬਹੁਤ, ਕਿਉਂਕਿ ਇਹ ਸਬਜੈਕਟ ਜਿਹੜੇ ਆ ਹਰ ਸਬਜੈਕਟ ਦੇ ਵਿੱਚ ਇਹਨਾਂ ਦੀ ਮਦਦ ਦੀ ਲੋੜ ਪੈਂਦੀ ਹੈ, ਚਾਹੇ ਇਕਨੋਮਿਕਸ ਹੈ, ਚਾਹੇ ਪੋਲੀਟੀਕਲ ਸਾਇੰਸ ਹੈ, ਚਾਹੇ ਲਾਅ ਹੈ, ਚਾਹੇ ਅਕਾਊਂਟੈਂਸੀ ਹੈ, ਚਾਹੇ ਕਾਮਰਸ ਹੈ, ਚਾਹੇ ਸਾਇੰਸ ਸਬਜੈਕਟ ਹੈ, ਬਿਨਾਂ ਇਹ ਦੋ ਸਬਜੈਕਟ ਤੋਂ ਅਸੀਂ ਉਹ ਸਟੈਂਡਰਡ ਕਾਇਮ ਨਹੀਂ ਕਰ ਸਕਾਂਗੇ ਜਿਹੜਾ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਮੈਂ ਤਾਂ ਤੁਹਾਡਾ ਇਹ ਵਿਸ਼ਾਸ ਗੱਲ ਕਰ ਰਿਹਾ, ਮਾਫ ਕਰਨਾ ਟਾਈਮ ਤੁਹਾਡਾ ਜੀ ਜੀ, ਕੋਈ ਗੱਲ ਨਹੀਂ, ਤੁਸੀਂ ਤੁਹਾਡਾ ਵਿਚਾਰ ਬਹੁਤ ਵਧੀਆ ਹੈਗਾ ਜੀ। ਗੱਲ ਇਸ ਤਰ੍ਹਾਂ ਹੈਗੀ ਆ ਕਿ ਆਪਾਂ ਨੂੰ ਇਹ ਹੁਣ ਆਪਾਂ ਨੂੰ ਸਮਝ ਆਈ ਆ ਅਤੇ ਹੁਣ ਆਪਾਂ ਇਹਦੇ ਵੱਲ ਚੱਲੇ ਹੋਏ ਹਾਂ, ਕਿਉਂਕਿ ਜਦੋਂ ਤੱਕ ਇਹ ਬੱਚਿਆਂ ਨੂੰ ਇਹ ਗੱਲ ਸਮਝਾਉਣ ਦੇ ਵਿੱਚ ਅਸੀਂ ਅਸਮਰੱਥ ਹਾਂ, ਕਿਉਂਕਿ ਬੱਚੇ ਜਿਹੜੇ ਆ ਉਹਨਾਂ ਨੂੰ ਸਿਰਫ ਇੰਨਾ ਪਤਾ ਵੀ ਅਸੀਂ ਸਿਰਫ ਬਾਹਰ ਜਾਣਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉੱਥੇ ਜਾ ਕੇ ਅਸੀਂ ਡੀਲ ਕਿਵੇਂ ਕਰਨਾ ਹੈ, ਸਾਨੂੰ ਲੈਂਗੁਏਜ ਪੂਰੀ ਤਰ੍ਹਾਂ ਆਉਂਦੀ ਨਹੀਂ ਹੈ, ਇਸੇ ਕਰਕੇ ਆਈਲੈਟ ਦਾ ਜਿਹੜਾ ਪੇਪਰ ਆ ਉਹ ਟੈਸਟ ਪਾਸ ਕਰਨਾ ਪੈਂਦਾ ਆ, ਕਿਉਂਕਿ ਕਿਉਂਕਿ ਇਹ ਜ਼ਰੂਰੀ ਕਰ ਸਕਦੇ ਹਾਂ, ਕਿਉਂਕਿ ਇਹੀ ਚੀਜ਼ ਹੈਗੀ ਆ, ਕਿਉਂਕਿ ਜਿਹੜਾ ਬੋਲਣ ਦਾ ਬਹੁਤ ਹੈਗਾ, ਜਿੱਦਾਂ ਹੁਣ ਸਪੀਕ ਨਹੀਂ ਕਰ ਸਕਦੇ, ਇੰਗਲਿਸ਼ ਨੂੰ ਬੋਲ ਨਹੀਂ ਸਕਦੇ, ਲਿਖ ਸਕਦੇ ਹਾਂ ਆਪਾਂ, ਪੜ੍ਹ ਸਕਦੇ ਹਾਂ, ਕਿਉਂਕਿ ਤਜਰਬਾ ਬੋਲਣ ਦੇ ਨਾਲ ਆਉਂਦਾ। ਹੁਣ ਜੇ ਪੰਜਾਬ ਦੇ ਵਿੱਚ ਕੋਈ ਅੰਗਰੇਜ਼ੀ ਬੋਲਦਾ, ਉਹਨੂੰ ਟੀਚਰ ਕੀਤੀ ਜਾਂਦੀ ਤੂੰ ਜ਼ਿਆਦਾ ਅੰਗਰੇਜ਼ ਆ, ਕਿਉਂਕਿ ਇਹੀ ਚੀਜ਼ ਹੈਗੀ ਹੈ, ਕਿਉਂਕਿ ਜਦਕਿ ਆਪਾਂ ਨੂੰ ਇਹ ਚੀਜ਼ ਦੀ ਬਹੁਤ ਹੁਣ ਲੋੜ ਆ, ਕਿਉਂਕਿ ਜਿੱਥੇ ਪੰਜਾਬੀ ਦੀ ਲੋੜ ਆ, ਹਿੰਦੀ ਦੀ ਲੋੜ ਆ, ਉੱਥੇ ਨਾਲ ਦੀ ਨਾਲ ਜਿਹੜੀ ਇੰਟਰਨੈਸ਼ਨਲ ਲੈਂਗੁਏਜ਼ ਆ ਉਹਦੀ ਵੀ ਬਹੁਤ ਸਾਨੂੰ ਲੋੜ ਹੈਗੀ ਆ। ਇੱਕ ਮਿੰਟ ਦੇਣਾ ਪਲੀਜ਼। ਹਾਂਜੀ, ਦੇਖੋ ਭਾਰਤ ਦੇ ਵਿੱਚ ਜੀ ਅਗਰ ਅਸੀਂ ਭਾਰਤ ਵੀ ਨੌਕਰੀ ਲੈਣੀ ਆ, ਹਾਂਜੀ,
ਤੇ ਸਾਨੂੰ ਹਿੰਦੀ ਔਰ ਇੰਗਲਿਸ਼ ਦੀ ਬਹੁਤ ਜ਼ਿਆਦਾ ਜ਼ਰੂਰਤ ਪਏਗੀ। ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਹੀ ਆ ਜੀ, ਜੇ ਹੁਣ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ ਸਾਨੂੰ ਪੰਜਾਬੀ ਦੀ ਵੀ ਲੋੜ ਪੈਣੀ ਆ, ਜੇ ਅਸੀਂ ਇੰਡੀਆ ਦੇ ਵਿੱਚ ਰਹਿਣਾ ਤੇ ਸਾਨੂੰ ਜਿਹੜੀ ਸਾਡੀ ਲੈਂਗੁਏਜ ਹੈਗੀ ਆ, ਨੈਸ਼ਨਲ ਲੈਂਗੁਏਜ ਹੈਗੀ ਆ, ਹਿੰਦੀ ਨਾਲ ਜੁੜਨਾ ਪਏਗਾ। ਜੇ ਅਸੀਂ ਇੰਟਰਨੈਸ਼ਨਲ ਪੱਧਰ ਤੇ ਆਉਣਾ ਤੇ ਸਾਨੂੰ ਜਿਹੜਾ ਮੈਥਮੈਟਿਕ ਤੇ ਪਲੱਸ ਜਿਹੜਾ ਇੰਗਲਿਸ਼ ਆ ਉਹਦੇ ਨਾਲ ਸਾਨੂੰ ਜੁੜਨਾ ਪਏਗਾ, ਤੇ ਨਾਲ ਦੀ ਨਾਲ ਸਾਨੂੰ ਕੰਪਿਊਟਰ ਦੀ ਐਜੂਕੇਸ਼ਨ ਹੋਣੀ ਵੀ ਬਹੁਤ ਜ਼ਰੂਰੀ ਹੈ, ਡੈਫੀਨਿਟ ਹੈ, ਕਿਉਂਕਿ ਇਸ ਤੋਂ ਬਿਨਾਂ ਤਾਂ ਤੁਸੀਂ ਕਾਰੋਬਾਰ ਨਹੀਂ ਕਰ ਸਕੋਗੇ। ਹਾਂਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਵਿਚਾਰ ਵਧੀਆ ਆ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਹਰ ਇੱਕ ਜਗ੍ਹਾ ਸਮਝਾਉਣ ਦੀ ਕਿ ਵਿੱਦਿਆ ਜਿਹੜੀ, ਸਤਿਗੁਰੂ ਰਵਿਦਾਸ ਮਹਾਰਾਜ ਨੇ ਵੀ ਇਸੇ ਕਰਕੇ ਇਹ 'ਤੇ ਜ਼ੋਰ ਦਿੱਤਾ ਸੀ ਕਿ ਮਾਦੋ ਅਵਿੱਦਿਆ ਹਿਤਕੀਨ ਵਿਵੇਕ ਦੀਪ ਮਲੀਨ। ਬਾਬਾ ਸਾਹਿਬ ਜੀ ਕਹਿੰਦੇ ਨੇ ਪੜ੍ਹੋ ਜੁੜੋ, ਪਹਿਲਾਂ ਐਜੂਕੇਸ਼ਨ ਆ, ਕਿਉਂਕਿ ਜਿਹੜੀ ਵਿੱਦਿਆ ਹੈ ਇਹ ਸ਼ੇਰਨੀ ਦਾ ਦੁੱਧ ਹੈ, ਜਿਹੜਾ ਪੀਏਗਾ ਉਹ ਦਹਾੜੇਗਾ। ਜੇ ਵਿੱਦਿਆ ਨਹੀਂ ਹੋਏਗੀ ਉਹ ਤਾਂ ਕਾਲਾ ਅੱਖਰ ਵੈਂਸ ਬਰਾਬਰ ਜਿੱਦਾਂ ਕਹਿ ਲਓ ਕਿ ਉਹ ਚੀਜ਼ ਹੁੰਦੀ ਆ। ਜਦੋਂ ਕਿਸੇ ਨੂੰ ਗਿਆਨ ਨਹੀਂ ਹੋਏਗਾ, ਇਹ ਬਹੁਤ ਔਖਾ ਸਬਜੈਕਟ ਜਿਹੜਾ ਹੈਗਾ, ਇਹਦੇ ਵਿੱਚ ਹੁਣ ਚੱਲਣ ਦੀ ਲੋੜ ਆ, ਕਿਉਂਕਿ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਹੜਾ ਉਹ ਸਾਨੂੰ ਇਹ ਚੀਜ਼ਾਂ ਦੱਸ ਕੇ ਗਏ ਆ। ਦੇਖੋ ਭਾਰਤ ਦੇ ਵਿੱਚ ਵੀ ਅਗਰ ਤੁਸੀਂ ਪੋਲੀਟਿਕਸ ਜਾਣਾ ਆ, ਕਿਸੇ ਮਿਸ਼ਨ ਵਿੱਚ ਵੀ ਜਾਣਾ ਹੈ, ਤੁਹਾਨੂੰ ਐਜੂਕੇਸ਼ਨ ਦੀ ਬਹੁਤ ਲੋੜ ਹੈ। ਕਿਸੇ ਵੀ ਲੈ ਲਓ, ਪੋਲੀਟਿਕਸ ਲੈ ਲਓ, ਸਮਾਜਿਕ ਲੈ ਲਓ, ਸੋਸ਼ਲ ਵਰਕ ਕਰਨਾ ਹੈ ਤਾਂ ਵੀ ਲੋੜ ਆ, ਠੀਕ ਹੈ ਨਾ ਜੀ। ਜੇ ਤੁਸੀਂ ਬਿਜ਼ਨਸ ਵਿੱਚ ਜਾਣਾ ਤਾਂ ਵੀ ਲੋੜ ਹੈ, ਹਰ ਇੱਕ ਖੇਤਰ ਵਿੱਚ ਐਜੂਕੇਸ਼ਨ ਦੀ ਬਹੁਤ ਲੋੜ ਹੈ ਜੀ। ਬਹੁਤ ਥੈਂਕ ਯੂ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਵਿਚਾਰ ਬਹੁਤ ਵਧੀਆ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਆਪਣੇ ਪ੍ਰਚਾਰ ਦੇ ਵਿੱਚ ਵਿੱਦਿਆ ਦੇ ਉੱਤੇ ਅਸੀਂ ਜ਼ੋਰ ਦਿੰਦੇ ਹਾਂ। ਧੰਨਵਾਦ ਜੀ ਤੁਹਾਡਾ ਗੁਰੂ ਪਿਆਰਿਓ। ਆਪਾਂ ਭਾਈ ਸਾਹਿਬ ਹਰਬੰਸ ਲਾਲ ਜੀ ਦੇ ਪ੍ਰੋਗਰਾਮ ਸੁਣ ਰਹੇ ਸੀਗੇ, ਕਿਉਂਕਿ ਗੱਲ ਉੱਥੇ ਕੀ ਆ ਜਾਂਦੀ ਹੈ, ਕਿਉਂਕਿ ਇੰਡੀਆ 'ਤੇ ਜਦੋਂ ਆਉਂਦੇ ਹਾਂ ਪਲੱਸ ਟੂ ਕਰਕੇ ਜੀ, ਅਤੇ ਆਈਲੈਟਸ ਕਰਕੇ ਤਾਂ ਇੱਧਰ ਨੂੰ ਆ ਜਾਂਦੇ ਹਾਂ। ਇੱਧਰ ਆਉਣ ਦਾ ਕਿਸੇ ਤਾਂ ਇਹ ਮਕਸਦ ਵੀ ਅਸੀਂ ਐਜੂਕੇਸ਼ਨ ਲੈਣਾ, ਅਸੀਂ ਕੋਈ ਅਫਸਰ ਦੀ ਲਾਈਨ ਲੈਣੀ ਆ, ਜੇ ਇੱਥੇ ਕੁਝ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੀ ਉਹਨਾਂ ਨੇ ਕੋਈ ਚੂਜ਼ ਕੀਤਾ ਉਹਦੇ ਕੰਮ ਲਾਈਫ 'ਚ ਕੁਝ ਬਣਨਾ, ਬਿਲਕੁਲ ਬਾਕੀ ਤਾਂ ਇੰਗਲੈਂਡ 'ਚ ਸੈਟਲ ਹੋਣ ਵਾਸਤੇ ਜਾਂ ਬਹੁਤ ਸਾਰੇ ਜੇ ਮੈਂ ਵੱਧ ਘੱਟ ਦੀ ਗੱਲ ਕਰਾਂਗਾ, ਇਸ ਮੈਂ ਸ਼ਬਦ ਲਾਉਣ ਵਾਸਤੇ ਬੇਨਤੀ ਕਰਾਂਗਾ। ਔਰ ਮੈਂ ਬਾਬਾ ਜੀ, ਹਾਂਜੀ ਜੈ ਗੁਰਦੇਵ ਜੀ, ਜੈ ਗੁਰਦੇਵ ਸ਼ੌਂਕੀ ਜੀ, ਹਾਂਜੀ ਤਰਸੇਮ ਲਾ ਬੰਗੜ ਜੀ, ਤਰਸੇਮ ਬੰਗੜ ਬੈਕਫੂਟ ਤੋਂ ਜੀ, ਜੀ ਜੀ ਮੈਂ ਤੇ ਰਹਿਆ ਨਹੀਂ ਗਿਆ, ਮਿੱਤਾ ਜੀ ਨੇ ਇੰਗਲੈਂਡ ਦਾ ਨਕਸ਼ਾ ਹੀ ਖਿੱਚ ਦਿੱਤਾ ਅਤੇ ਹਰ ਇੱਕ ਚੀਜ਼ 100% ਕਰੈਕਟ ਦੱਸੀ ਆ। UK ਦੀ ਲਾਈਫ ਉਹਨਾਂ ਨੇ ਇਸ ਤਰ੍ਹਾਂ ਬਿਤਾਈ ਆ ਕਿ ਸੱਚ ਹੀ ਅਸੀਂ ਇੱਥੇ ਇੱਥੇ ਕੀ ਕਰਦੇ ਹਾਂ, ਲੇਕਿਨ ਫੋਰ ਪੈਨਸ਼ਨਰਸ ਲਾਈਕ ਮੀ, ਆਈ ਹੈਵ ਸੈਲੀਬ੍ਰੇਟਡ ਮਾਈ 83rd ਬਰਥਡੇ, ਸੋ ਜਿਹੜੇ ਪੈਨਸ਼ਨਰ ਹੈ ਇੱਥੇ ਕਾਫੀ ਹੈਪੀ ਨੇ, ਪੈਨਸ਼ਨ ਮਿਲਦੀ ਆ ਅਤੇ ਬੜੇ ਵਾਲੇ ਅੱਛੇ ਰਹਿੰਦੇ ਆ, ਅਤੇ ਸਾਨੂੰ ਆਇਆ ਨੇ ਇੱਥੇ ਕਾਫੀ ਚਿਰ ਹੋ ਗਿਆ, ਪਰ ਅੱਜ ਕੱਲ੍ਹ ਜਿਹੜੇ ਆਉਂਦੇ ਨੇ ਉਹਨਾਂ ਕੋਲ ਕਾਫੀ ਮੁਸ਼ਕਲਾਂ ਨੇ। ਇਹਦੇ ਵਿੱਚ ਇਹ ਵੀ ਆ ਕਿ ਜਦੋਂ ਅਸੀਂ ਆਏ ਅਸੀਂ ਵੀ ਬੜੀਆਂ ਮੁਸ਼ਕਲਾਂ ਕੱਟੀਆਂ ਨੇ, ਇਸ ਲਈ ਇੱਥੇ ਦੇ ਰਾਈਟ ਅੱਜ ਕੱਲ੍ਹ ਦੇ ਰਿਟਾਇਰਡ ਪੀਪਲ ਜਿਹੜੇ ਆ ਉਹ ਬਹੁਤ ਹੈਪੀ ਨੇ। ਵੈਸੇ ਮਿੱਡਾ ਜੀ ਨੇ ਸਭ ਕੁਝ ਦੱਸ ਹੀ ਦਿੱਤਾ ਹੈ, ਉਹਨਾਂ ਨੇ ਮੇਰੇ ਵਾਸਤੇ ਤਾਂ ਕੁਝ ਛੱਡਿਆ ਹੀ ਨਹੀਂ ਹੈ। ਵੈਲ ਡਨ ਮਿੱਡਾ ਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਟਾਈਮ ਟੂ ਟਾਈਮ ਕਾਂਸੀ ਟੀਵੀ 'ਤੇ ਬਹੁਤ ਹੀ ਅੱਛੇ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੋ, ਕੀਪ ਇਟ ਦਿਸ ਵੇ, ਇਸੇ ਤਰ੍ਹਾਂ ਸਾਨੂੰ ਪਬਲਿਕ ਨੂੰ ਇਨਫੋਰਮੇਸ਼ਨ ਦਿੰਦੇ ਰਹਿਣਾ, ਅਸੀਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਵਿਚਾਰਾਂ ਲਈ ਧੰਨਵਾਦ ਜੀ, ਵਿਚਾਰ ਬਾਬਾ ਜੀ, ਬਹੁਤ ਬਹੁਤ ਧੰਨਵਾਦ ਜੀ, ਬਾਬਾ ਜੀ ਜੀ ਜੀ।
ਸਾਡੇ ਮਿੱਢਾ ਜੀ ਜਾਂ ਤੁਸੀਂ ਹੋਰ ਵੀ ਬਹੁਤ ਸਾਰੇ ਫੋਨ ਆਉਂਦੇ ਨੇ ਜੀ। ਐਜੂਕੇਸ਼ਨ ਦੀ ਪੱਧਰ ਮਿਆਰ ਤਾਂ ਸਰਕਾਰਾਂ ਨੇ ਚੱਕਣਾ ਜੀ, ਬਿਲਕੁਲ ਸਰਕਾਰਾਂ ਨੇ ਚੱਕਣਾ ਬਿਲਕੁਲ, ਲੇਕਿਨ ਐਜੂਕੇਸ਼ਨ ਵੱਲ ਨੂੰ ਤਾਂ ਕਿਸੇ ਵੀ ਸਰਕਾਰ ਦਾ ਨਾ ਸੈਂਟਰ ਦਾ ਅਤੇ ਨਾ ਸਾਡੀਆਂ ਸਟੇਟਸ ਦੀਆਂ ਜਿੰਨੀਆਂ ਹੈਗੀਆਂ ਸਰਕਾਰਾਂ ਕਰ ਨਹੀਂ ਸਕਦੀਆਂ। ਜੇ ਸਰਕਾਰਾਂ ਇਹ ਸਾਰਾ ਕੁਛ ਕਰ ਦੇਣਗੀਆਂ ਤਾਂ ਉਹਨਾਂ ਦੇ ਜਿਹੜੇ ਕੰਮ ਆ ਉਹ ਬੰਦ ਹੋ ਜਾਣਗੇ, ਉਹਨਾਂ ਨੂੰ ਜਿਹੜੇ ਸਲੂਟ ਵੱਜਦੇ ਨੇ ਉਹ ਬੰਦ ਹੋ ਜਾਣਗੇ, ਕਿਉਂਕਿ ਲੋਕ ਅਨਪੜ੍ਹ ਜ਼ਿਆਦਾ ਹੋਣਗੇ ਤਾਂ ਉਹਨਾਂ ਨੂੰ ਸਲੂਟ ਵੱਜਣਗੇ, ਕਿਉਂਕਿ ਜੇ ਸਰਕਾਰ ਜ਼ਿਆਦਾ ਐਜੂਕੇਸ਼ਨ ਦੇ ਦੇਗੀ ਤਾਂ ਉਹ ਆਪਣੇ ਹੱਕ ਮੰਗਣਗੇ। ਮੈਂ ਇੱਕ ਸ਼ਬਦ ਲਾਉਣ ਵਾਸਤੇ ਜਾ ਰਿਹਾ ਬਾਬਾ ਜੀ ਨੂੰ, ਸ਼ਬਦ ਤੋਂ ਪਹਿਲਾਂ ਬਾਬਾ ਜੀ ਨੂੰ ਵਧਾਇਗੀ ਤੁਸੀਂ ਦਿਓ ਜੀ ਆਪਣੇ ਵਿਚਾਰਾਂ ਦੇ ਨਾਲ, ਬਾਬਾ ਜੀ ਤੋਂ ਆਪਣੇ ਕੋਲ ਅਖੀਲਾ ਪ੍ਰੋਮ ਕਰਕੇ ਅਖੀਲਾ ਨਹੀਂ ਮੁੜ ਕੇ ਜੀਆ ਨਹੀਂ ਜਦੋਂ ਚਿੱਤ ਕੀਤਾ ਜੀ, ਠੀਕ ਹੈ ਜੀ, ਜਦੋਂ ਵੀ ਜਦੋਂ ਵੀ ਚਿੱਤ ਕੀਤਾ ਗੱਡੀ ਵਾਲੇ ਨੂੰ ਕਹਿਣਾ ਵੀ ਕੰਜ ਟੀਵੀ ਲੈ ਚਲੋ, ਬਸ ਠੀਕ ਹੈ ਜੀ। ਕਾਸ਼ੀ ਟੀਵੀ ਜਿਹੜਾ ਇਹ ਆਪਣੇ ਬਹੁਤ ਸਾਰਿਆਂ ਦਾ ਇੱਕ ਸਾਂਝਾ ਮੀਡੀਆ ਆ, ਸਾਂਝਾ ਚੈਨਲ ਚੱਲਦਾ ਆ, ਆਪਾਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਹੀਦਾ ਵੀ ਤੁਸੀਂ ਇੱਥੇ ਨਹੀਂ ਆ ਸਕਦੇ, ਹਮੇਸ਼ਾ ਹੀ ਆਪਾਂ ਦਾ ਸਾਰਿਆਂ ਨੇ ਇਹੀ ਬੇਨਤੀ ਕਰੀ ਵੀ ਆ ਵੀ ਤੁਸੀਂ ਜਦੋਂ ਵੀ ਟਾਈਮ ਲੱਗਦਾ ਇੰਡੀਆ ਦੇ ਵਿੱਚੋਂ ਵੀ ਤੁਸੀਂ ਆਪਣੇ ਪ੍ਰੋਗਰਾਮ ਕਰਕੇ ਰਜਿੰਦਰ ਪਲੇਟਫਾਰਮ ਜਦੋਂ ਮਰਜ਼ੀ ਸੱਦ ਕੇ ਤੁਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਅਤੇ ਡੇਰੇ ਤੋਂ ਵੀ ਕਰੋ, ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਆ ਸੁਣੇ ਆ ਜੀ, ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਆਪਣਾ ਇਹਦੇ ਵਿੱਚ ਹਿੱਸਾ ਦੇ ਸਕਦੇ ਹਾਂ ਜ਼ਰੂਰ ਦੇਵੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਦਾਂ ਕਰ ਸਕਦੇ ਹੈਗੇ ਹਾਂ। ਬਾਬਾ ਜੀ ਸਾਡੇ ਕੋਲੋਂ ਵੀ ਕੋਈ ਸੇਵਾ ਕਰਦੇ ਹੋਏ ਆ, ਨਹੀਂ ਨਹੀਂ ਵਿਚਾਰ ਵਟਾਂਦਰੇ ਆਨ ਪ੍ਰਦਾਨ ਕਰਦੇ ਹੋ ਕਿ ਗਲਤੀ ਹੋ ਗਈ ਹੋਵੇ, ਅਸੀਂ ਵੀ ਕੇਵਾਂ ਦੇ ਜਾ ਚੁੱਕੇ ਹਾਂ ਅਤੇ ਸਾਡੀ ਸੁਨੇਹਾ ਪੰਜਾਬੀਆਂ ਨੂੰ ਭੈਣਾਂ ਭਰਾਵਾਂ ਨੂੰ ਉੱਥੇ ਜਾ ਕੇ ਦਿਓ ਵੀ ਤੁਸੀਂ ਸਾਡੇ ਹਾਂ ਅਸੀਂ ਤੁਹਾਡੇ ਹਾਂ, ਸਾਡਾ ਭਾਵੇਂ ਅਸੀਂ ਪ੍ਰਦੇਸ਼ਾਂ 'ਚ ਬੈਠੇ ਹਾਂ ਪਰ ਹਮੇਸ਼ਾ ਤੁਹਾਡੀਆਂ ਅਸੀਂ ਖੈਰਾਂ ਲੋੜਦੇ ਹਾਂ, ਪੰਜਾਬ ਨੂੰ ਪਿਆਰ ਕਰਦੇ ਹਾਂ, ਭਾਰਤ ਨੂੰ ਪਿਆਰ ਕਰਦੇ ਹਾਂ, ਰਲ ਮਿਲ ਕੇ ਸਮਾਜ ਦੀ ਸੇਵਾ ਕਰੋ, ਰਲ ਮਿਲ ਕੇ ਪਿਆਰ ਵੰਡੋ, ਜੀਓ ਅਤੇ ਜੀਵਨ ਦਿਓ ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ, ਨਫ਼ਰਤਾਂ ਘਟਾਓ ਪਿਆਰ ਵਧਾਓ, ਸਾਡੀ ਤੁਹਾਨੂੰ ਬੇਨਤੀ ਉੱਥੇ ਸਾਡਾ ਸੁਨੇਹਾ, ਸਾਡਾ ਵੀ ਇਹੀ ਸੁਨੇਹਾ ਜੀ ਸਾਰਿਆਂ ਨੂੰ ਕਿ ਇਸੇ ਤਰ੍ਹਾਂ ਰਲ ਮਿਲ ਕੇ ਰਹੋ ਔਰ ਇਸੇ ਤਰ੍ਹਾਂ ਸਾਡੇ ਜਿੱਦਾਂ ਬਾਕੀ ਪ੍ਰੋਗਰਾਮਾਂ 'ਚ ਸਾਨੂੰ ਪਿਆਰ ਦਿੱਤਾ ਹੈ। ਸੋ ਮੇਰਾ ਇਸ ਟੂਰ ਦਾ ਜਿਹੜਾ ਆਖਰੀ ਪ੍ਰੋਗਰਾਮ ਹੈ ਉਹ ਸਤਿਗੁਰੂ ਰਵਿਦਾਸ ਮਹਾਰਾਜ ਦਾ ਜੋਤੀ ਜੋਤ ਸਮਾਗਮ ਜਿਹੜਾ ਹੈ ਬੈਡਫੋਰਡ ਦੇ ਵਿੱਚ 16 ਜੂਨ ਨੂੰ ਮਨਾਇਆ ਜਾ ਰਿਹਾ। ਸੋ ਸਾਰੀਆਂ ਸੰਗਤਾਂ ਨੇ ਜੋ ਬੈਡਫੋਰਡ ਦੇ ਨੇੜੇ ਨੇ ਸੰਗਤਾਂ ਸਾਰੀਆਂ ਉੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸੋ ਮੈਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਜਿਹੜੇ ਗੁਰੂ ਘਰਾਂ ਨੇ ਮੈਨੂੰ ਬੁਲਾਇਆ ਉਹਨੇ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਸਾਰੀ ਹੀ ਸਤਿਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਮਿਸ਼ਨ ਜਿਹੜਾ ਹੈ ਲੈ ਕੇ ਚੱਲੇ ਨੇ, ਕੰਛੀ ਟੀਵੀ ਦੀ ਸਮੁੱਚੀ ਟੀਮ ਦਾ ਸ਼੍ਰੀ ਹੰਸ ਰਾਜ ਬੰਗਾ ਜੀ ਔਰ ਸਾਡੇ ਹਰਬੰਸ ਚੌਂਕੀ ਜੀ, ਪ੍ਰਧਾਨ ਸਾਹਿਬ ਸ਼੍ਰੀ ਬਲਵੀਰ ਕਲੇਰ ਜੀ, ਸ਼੍ਰੀ ਮਨੋਹਰ ਦੁੱਗਲ ਜੀ, ਭੋਲੀ ਰੰਧਾਵਾ ਜੀ ਔਰ ਰਾਜ ਰੰਧਾਵਾ ਜੀ, ਜਿਹੜੀ ਰਾਜ ਬੰਗੜ ਜੀ, ਜਿਹੜੇ ਹੰਸਰਾਜ ਜੱਖੂ ਜੀ, ਰਾਜ ਬੰਗੜ ਜੀ, ਸਾਰੀ ਟੀਮ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤਾਂ ਸਾਧ ਸੰਗਤ ਜਿਹੜੀ ਹੈ ਉਹ ਬਖਸ਼ਣਯੋਗ ਹੈ, ਕਿਉਂਕਿ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਇਹ ਦੂਜੀ ਵਾਰ ਮੈਨੂੰ ਇੰਗਲੈਂਡ ਆਉਣ ਦਾ ਮੌਕਾ ਮਿਲਿਆ ਅਤੇ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਸਤਿਗੁਰੂ ਮਹਾਰਾਜ ਦਾ ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹਿਣਾ ਹੈ। ਸੋ ਮੈਨੂੰ ਦਿਓ ਆਗਿਆ ਬਾਬਾ ਜੀ, ਹੁਣ ਗਿਣਤੀਆਂ ਚੱਲਣ ਰਹੇ ਉਹ ਵੀ ਦੂਸਰੀ ਵਾਰੀ ਆਏ, ਹੁਣ ਆਉਂਦੇ ਹੀ ਰਿਹਾ ਕਰੋ ਜੀ, ਤੁਹਾਨੂੰ ਬੁਲਾਉਂਦੇ ਰਹੋ ਅਤੇ ਮੈਂ ਆਉਂਦੇ ਰਹਿਣਾ ਹੈ, ਕਿਉਂਕਿ ਮੇਰੀ ਡਿਊਟੀ ਮਹਾਰਾਜ ਦੀ ਕਿਰਪਾ ਨਾਲ ਲੱਗੀ ਹੈ ਅਤੇ ਤੁਸੀਂ ਪਿਆਰ ਇਸੇ ਤਰ੍ਹਾਂ ਬਖਸ਼ਦੇ ਰਹੋ, ਮੈਂ ਹਰ ਵਾਰ ਤੁਹਾਨੂੰ ਇਸੇ ਤਰ੍ਹਾਂ ਆ ਕੇ
ਸਤਿਗੁਰ ਮਹਾਰਾਜ ਦੇ ਮਿਸ਼ਨ ਦੇ ਨਾਲ ਜੋੜਨ ਦਾ ਉਪਰਾਲਾ ਕਰਦਾ। ਆਓ ਮੈਂ ਤੁਹਾਨੂੰ ਇੱਕ ਗੀਤ ਦੇ ਨਾਲ ਜਿਹੜਾ ਕਿ ਸੰਤ ਰਾਮਾਨੰਦ ਦੇ ਮੁਖਾਰਵਿੰਦ ਤੋਂ ਗਾਇਨ ਕੀਤਾ, ਤੂੰ ਕਰ ਸਤਿਗੁਰ ਯਾਦ ਅੰਮ੍ਰਿਤ ਵੇਲੇ। ਉਹਨਾਂ ਦਾ ਸੁਪਨਾ ਕੀ ਸੀ ਸੰਗਤਾਂ ਨੂੰ ਜਗਾਉਣ ਦਾ? ਤਿੰਨ ਚਾਰ ਗੀਤ ਅੱਜ ਮੈਂ ਉਹਨਾਂ ਨੂੰ ਹੀ ਸਮਰਪਿਤ ਕਰ ਰਿਹਾ, ਉਹਨਾਂ ਦੇ ਹੀ ਗਾਏ ਹੋਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।